ਇੱਕ ਹੋਰ ਨਵਾਂ ਵਲੋਗ ਲੈ ਕੇ ਹਾਜ਼ਰ ਹਾਂ ਸਰੋਤਿਓ। ਕੱਲ੍ਹ ਗਏ ਸੀ ਬਸਲਟਨ ਜੈਟੀ ਅਤੇ ਅੱਜ ਅਸੀਂ ਜਾਣਾ ਵਾ ਫੋਰੈਸਟ ਵਾਕ, ਜੰਗਲ ਵਾਕ ਵੀ ਕਹਿੰਦੇ ਉਹਨੂੰ, ਅਤੇ ਜਿਹੜੀ ਉਹ ਸਾਈਟ ਆ ਉਹਨੂੰ ਕਹਿੰਦੇ ਹਨੀਮੂਨ ਪੂਲ ਸਾਈਟ। ਉੱਥੇ ਯਾਨੀ ਕਿ ਓਵਰਨਾਈਟ ਕੈਂਪਿੰਗ ਕਰ ਸਕਦੇ ਹਾਂ। ਉੱਥੇ ਜਾ ਕੇ ਦਿਖਾਵਾਂਗੇ ਵੀ ਉਹ ਪੂਰਾ ਜੰਗਲੀ ਏਰੀਆ ਵਾ, ਜੰਗਲ ਹੀ ਜੰਗਲ ਆ। ਤੁਸੀਂ ਆਪਦਾ ਸਮਾਨ ਹੈਗਾ ਤੁਹਾਡੇ ਕੋਲ, ਹੈਗਾ ਟੈਂਟ ਵਗੈਰਾ, ਕੁਰਸੀਆਂ, ਸਮਾਨ ਖਾਣ ਪੀਣ ਦਾ, ਕੁਕਿੰਗ ਦਾ ਲੈ ਜਾਓ। ਉੱਥੇ ਬਰਨਰ ਸਰਕਾਰ ਵੱਲੋਂ ਫ੍ਰੀ ਮਿਲਦੇ ਆ, ਤੁਸੀਂ ਕੁਕਿੰਗ ਕਰ ਸਕਦੇ ਹੋ। ਅਤੇ ਅਸੀਂ ਆਪਦਾ ਸਮਾਨ ਗੱਡੀ ਕਰ ਲਿਆ ਪੈਕ, ਅਤੇ ਬਨਬਰੀ ਤੋਂ ਲੱਗਣਾ ਹੈ ਸਾਨੂੰ ਕੋਈ ਇੱਕ ਘੰਟਾ ਦੂਰ। ਇਹ ਤਾਂ ਕੁਛ ਵੀ ਨਹੀਂ ਬੋਲਦੇ ਕਿਸੇ ਵੀ ਬਲੋਕ 'ਚ, ਬਸ ਤੁਰੇ ਜਾਂਦੇ ਐਨਕਾਂ ਲਾ ਕੇ। ਹਾਂ, ਅਤੇ ਨਾਲ ਸਾਡੇ ਨੇ ਅੱਜ ਯੁਵਰਾਜ। ਦੂਜੀ ਡੈਸਟੀਨੇਸ਼ਨ ਪਹਿਲੀ ਅਸੀਂ ਕੀਤੀ ਕੱਲ੍ਹ ਬਸਲਟਨ ਜੈਟੀ, ਅਤੇ ਅੱਜ ਹਨੀਮੂਨ ਪੂਲ ਓਵਰਨਾਈਟ ਕੈਂਪਿੰਗ ਸਾਈਟ 'ਤੇ ਜਾਵਾਂਗੇ, ਪਰ ਓਵਰਨਾਈਟ ਨਹੀਂ ਕਰਨੀ। ਜਦੋਂ ਤੁਸੀਂ ਹਨੀਮੂਨ ਪੂਲ ਸਾਈਟ ਜਾਂਦੇ ਹੋ ਤਾਂ ਰਸਤੇ 'ਚ ਇੱਕ ਫਰਗੂਜ਼ਨ ਵੈਲੀ ਆਉਂਦੀ ਆ। ਇਹ ਫਰਗੂਜ਼ਨ ਵੈਲੀ ਆ, ਟੂਰਿਸਟ ਡਰਾਈਵ ਕਹਿੰਦੇ ਇਹਨੂੰ, ਫਰਗੂਜ਼ਨ ਵੈਲੀ ਟੂਰਿਸਟ ਡਰਾਈਵ। ਅਤੇ ਇਹ ਵੈਲੀ ਬਹੁਤ ਹੀ ਘੈਂਟ, ਬਹੁਤ ਹੀ ਸ਼ਾਨਦਾਰ ਫੋਟੋਗ੍ਰਾਫੀ ਪੁਆਇੰਟ ਵੀ ਹੈਗੇ ਰਸਤੇ 'ਚ। ਓਵਰਆਲ 70% ਰਸਤਾ ਸਾਰਾ ਉੱਥੇ ਜਾਣ ਦਾ ਜੰਗਲਾਂ ਦੇ ਵਿੱਚ ਹੀ ਆ, ਪੂਰੇ ਜੰਗਲ ਹੀ ਜੰਗਲ ਆ। ਇੱਥੇ ਲਾਇਆ ਸੀ ਆਪਾਂ ਕੈਂਪ, ਇੱਥੇ ਹੀ ਮੈਨੂੰ ਲੱਗਦਾ। ਫੈਮਲੀਆਂ ਸਾਰੀਆਂ ਇੱਥੇ, ਘੱਟ ਆ ਰਸ਼ ਹਨਾ। ਉਹ ਜਦੋਂ ਆਪਾਂ ਪਿਛਲੀ ਵਾਰੀ ਆਏ ਸੀ ਉਦੋਂ ਤਾਂ ਜਗ੍ਹਾ ਹੀ ਨਹੀਂ ਮਿਲਦੀ ਪਈ ਸੀ ਟੈਂਟ ਦੀ, ਉਦੋਂ ਜਗ੍ਹਾ ਨਹੀਂ ਮਿਲਦੀ ਪਈ। ਅਤੇ ਹੁਣ ਕੀ, ਈਸਟਰ ਖਤਮ ਹੋ ਗਿਆ। ਆਹ ਫੈਮਲੀਆਂ ਅਜੇ ਕੁਛ ਬੱਚੀਆਂ ਕੁੱਟੀਆਂ ਫੈਮਲੀਆਂ ਹੈਗੀਆਂ ਇੱਥੇ, ਕਰਦੇ ਪਏ ਆਪਦਾ ਇੰਜੋਏ ਟੈਂਟ ਕੈਂਪ ਲਾ ਕੇ। ਨਾਲ ਇੱਥੇ ਸਵੀਮਿੰਗ ਵੀ ਕਰ ਸਕਦੇ, ਤੁਸੀਂ ਡਾਈਵ ਵੀ ਕਰ ਸਕਦੇ ਹੋ। ਸਵੀਮਿੰਗ ਸਾਈਟ ਆ, ਸੇਫ ਸਾਈਟ ਆ, ਪਾਣੀ ਬਹੁਤ ਕਲੀਅਰ ਆ, ਠੰਡਾ। ਸਾਡੇ ਨਾਲ ਸਾਡੇ ਟਰੈਕਰ ਨੇ, ਟਰੈਕਰ ਆਫ ਦਾ ਈਅਰ ਦਾ ਮਾਊਂਟੇਨੀਅਰ ਯੁਵਰਾਜ ਸਿੰਘ। ਆਪਦੇ ਕੈਪ ਸਾਰੇ ਸਮਾਨ ਨਾਲ, ਛੜੀ ਨਾਲ ਤਿਆਰ ਨੇ, ਟਰੈਕਿੰਗ ਕਰਨਾ ਹੁਣੇ ਪਹਿਲਾਂ ਖਾ ਲਈਏ। ਆਹ ਆਸਟ੍ਰੇਲੀਆ ਦੇ ਵਿੱਚ ਜਿਹੜੇ ਬਰਨਰ ਆ ਬਿਲਕੁਲ ਫ੍ਰੀ ਹੁੰਦੇ ਆ, ਇਹਦੇ 'ਚ ਤੁਸੀਂ ਥੱਲੋਂ ਇੱਧਰੋਂ ਦੀ ਔਨ ਕਰਨਾ ਬਾਰਬੀਕਿਊ, ਬਾਰਬੀਕਿਊ ਓਕੇ, ਹੋਲਡ 6 ਸੈਕਿੰਡ, ਇਹਨੂੰ 6 ਸੈਕਿੰਡ ਲਈ ਦੱਬ ਕੇ ਰੱਖਣਾ, ਔਨ ਹੋ ਜੂਗਾ। ਇਹ ਗਰਮ ਆ, ਆਲਰੇਡੀ ਔਨ ਹੀ ਆ। ਤੁਸੀਂ ਕੀਤਾ ਓਕੇ, ਆਹ ਸਾਰਾ ਸਮਾਨ ਇਹ ਫ੍ਰੀ ਹੁੰਦਾ ਨਾ ਗਵਰਨਮੈਂਟ ਵੱਲੋਂ ਸਾਰਾ। ਓਕੇ, ਆਲਾ ਦੁਆਲਾ ਦੇਖੋ ਜੀ, ਕਿਆ ਬਾਤ ਆ, ਪੂਰਾ ਨੇਚਰਲ। ਵੈਸੇ ਮਜ਼ਾ ਤਾਂ ਹੀ ਆ ਕਿ ਜੇ ਤੁਸੀਂ ਇੱਥੇ ਸਵੇਰੇ ਕੋਈ 10-11 ਵਜੇ ਆ ਜਾਓ ਆਪਦਾ ਸਮਾਨ ਲੈ ਕੇ, ਟੈਂਟ ਲੈ ਕੇ, ਇੱਥੇ ਆਪਦਾ ਬਾਰਬੀਕਿਊ ਕਰੋ, ਫਿਰ ਰੈਸਟ ਕਰੋ, ਵਾਕ ਕਰੋ, ਜੰਗਲ ਵਾਕ ਕਰੋ, ਸ਼ਾਮ ਨੂੰ ਆਪਣਾ ਵਾਈਨ ਵੂਈਨ ਪੀਓ, ਅਤੇ ਉਸ ਤੋਂ ਬਾਅਦ ਤੁਸੀਂ ਰਾਤ ਰੁਕੋ ਟੈਂਟ 'ਚ, ਗੱਲਾਂ ਬਾਤਾਂ ਕਰੋ, ਬੋਨ ਫਾਇਰ ਕਰੋ, ਅਤੇ ਬੋਨ ਫਾਇਰ ਕਰਨ ਤੋਂ ਬਾਅਦ ਨੈਕਸਟ ਡੇ ਉੱਠੋ, ਫਿਰ ਬ੍ਰੇਕਫਾਸਟ ਕਰੋ, ਅਤੇ ਸਵੀਮਿੰਗ ਕਰਨੀ ਹੈ ਜਿਹਨੂੰ ਆਉਂਦੀ ਸਵੀਮਿੰਗ ਕਰੋ। ਨੋ ਡਾਈਵਿੰਗ, ਪਰ ਫਿਰ ਵੀ ਲੋਕ ਡਾਈਵ ਕਰਦੇ ਆ। ਉਹਦੇ ਥੱਲੇ ਕੋਈ ਹੈਗਾ ਸਵੀਮਿੰਗ ਕਰ ਰਿਹਾ ਬੰਦਾ। ਓਕੇ, ਐਨਕਾਂ ਲਾ ਕੇ, ਆਹ ਪੰਛੀ ਜਿਹੇ ਵੀ ਹੈਗੇ ਛੋਟੇ ਮੋਟੇ,
ਬਰਨਰ ਔਨ ਕਰ ਲਏ ਗਏ ਨੇ ਚਿਕਨ ਜਿਹੜੇ ਲਿਆਂਦੇ ਆ ਮੈਰੀਨੇਟਡ ਚਿਕਨ ਉਹ ਇਹਦੇ 'ਤੇ ਰੱਖ ਕੇ ਹੁਣ ਬਣਾਏ ਜਾਣਗੇ ਸਾਡੇ ਮਾਸਟਰ ਸ਼ੈੱਫ ਨੇ ਦੋਨੋਂ ਇਹਨਾਂ ਨੂੰ ਜਿੱਥੇ ਕੋਈ ਫ੍ਰੀ ਗੈਸ ਮਿਲ ਜਾਂਦੀ ਬਰਨਰ ਮਿਲ ਜਾਂਦੀ ਉੱਥੇ ਬਣਾਉਣ ਲੱਗ ਪੈਂਦੇ ਨੇ ਤੁਸੀਂ ਇੰਨੇ ਸਾਰੇ ਬੈਗ ਪੈਕ ਪਾ ਕੇ ਕਿਉਂ ਘੁੰਮ ਰਹੇ ਹੋ ਆਪਣੀ ਨਹੀਂ ਨਹੀਂ ਯੁਵਰਾਜ ਹਜੇ ਨਹੀਂ ਮੇਰੀ ਗੱਲ ਸੁਣੋ ਪਹਿਲਾਂ ਉਹ ਖਾਣਾ ਖਾਣਾ ਆ ਉਸ ਤੋਂ ਬਾਅਦ ਜਾਣਾ ਇਹ ਕੀ ਲੱਭ ਗਿਆ ਅਰੇ ਮੈਨੂੰ ਇਹ ਦੱਸੇ ਵੀ ਇੱਥੇ ਜਦੋਂ ਆਪਾਂ ਕੈਂਪਿੰਗ ਕਰਦੇ ਹਾਂ ਤਾਂ ਸਮਾਨ ਲੈ ਕੇ ਆਉਂਦੇ ਆਪਾਂ ਨੂੰ ਪੇ ਕਰਨਾ ਪੈਂਦਾ ਨਾ ਕੁਛ ਇੱਕ ਨਾਈਟ ਲਈ ਜਗ੍ਹਾ ਲੈਣੀ ਨਾਈਟ ਲਈ ਉਦੋਂ ਕਰਨਾ ਪੈਂਦਾ ਆਪਾਂ ਲੈਣ ਆਂਦੇ ਰਾਤੀ 10 15 ਡਾਲਰ ਹੁੰਦੇ ਵੇਖ ਤੇ ਬੋਨ ਫਾਇਰ ਲਈ ਲੱਕੜਾ ਵੀ ਦੇ ਕੇ ਜਾਂਦੇ ਫਿਰ ਕੈਂਪਿੰਗ ਤੋਂ ਬਾਅਦ ਚ ਕਰ ਲੈਂਦੇ ਹੁਣੇ ਹੁਣੇ ਆਪਾਂ ਗਰਮ ਕਰ ਲਈ ਇਹ ਚੰਗਾ ਉਦੋਂ ਤਾਂ ਭੀੜ ਨਹੀਂ ਹੈਰੀ ਵਾਸ਼ਰੂਮ ਦੇ ਵਿੱਚ ਹੈਰੀ ਉਦੋਂ ਹਾਂ ਇਹ ਖਾਣਾ ਦੇਖ ਕੇ ਤੇ ਭੁੱਖ ਜ਼ਿਆਦੀ ਲੱਗਣ ਲੱਗ ਪਈ ਹੈ ਚਿਕਨ ਸੌਸੇਜਸ ਤੇ ਚਿਕਨ ਪੋਖਾ ਦੇਈਏ ਬੜੀ ਜਿਹੜੇ ਵਿੰਗਸ ਓਕੇ ਚਾਹ ਜੋ ਬਣਾਈਏ ਗਰਮ ਬਣ ਲਿਆਂਦਾ ਕਾਫੀ ਲਿਆਂਦੀ ਹੈ ਕੱਪ ਲਾ ਅਸੀਂ ਚਾਕੂ ਤੇ ਕੱਪ ਘਰੇ ਭੁੱਲ ਆਏ ਆ ਤੇ ਜਿਹੜੇ ਇੱਥੇ ਗੋਰਿਆਂ ਨੇ ਟੈਂਟ ਲਾਏ ਨਾ ਹੁਣ ਉਹਨਾਂ ਕੋਲ ਉਧਾਰੇ ਕੱਪ ਮੰਗਣ ਜਾਣੇ ਆ ਦੇਖਦੇ ਮਿਲਦੇ ਕਿ ਨਹੀਂ ਉਹਨਾਂ ਕੋਲ ਵੇਖਦੇ ਆ ਕੁਦਰਤ ਦੇ ਨਜ਼ਾਰੇ ਕੈਂਪਿੰਗ ਸਾਈਟ ਲਈ ਬਿਲਕੁਲ ਪਰਫੈਕਟ ਆਹ ਭਾਊ ਹੁਣੇ ਆਪਦਾ ਟੈਂਟ ਲੈ ਕੇ ਆਇਆ ਇਹਨੇ ਅੱਜ ਰਾਤ ਰੁਕਣਾ ਜਾਂ ਕਿੰਨੇ ਦਿਨ ਲਈ ਰੁਕਣਾ ਨਹੀਂ ਪਤਾ ਟ੍ਰੇਲਰ ਤੇ ਪੂਰਾ ਸਮਾਨ ਸਮੂਨ ਲੈ ਕੇ ਆਇਆ ਆਪਣਾ ਉਹ ਜਿਹੜੀ ਬੈਠੀ ਆ ਉਹਨੂੰ ਅਸੀਂ ਪੁੱਛਿਆ ਸੀਗਾ ਵੀ ਡਿਸਪੋਜ਼ਲ ਕੱਪ ਹੈਗੇ ਕਹਿੰਦੇ ਨਹੀਂ ਹੈਗੇ ਹਾਏ ਹੋਏ ਹੁਣ ਉੱਦਾਂ ਹੀ ਪੀਣੀ ਪੈਣੀ ਚਾਹ ਕਾਫੀ ਇੱਕ ਆਹ ਕੈਂਪ ਲੱਗਾ ਬੈਠਾ ਨਹੀਂ ਕੋਈ ਇੱਕ ਉਹ ਸਾਹਮਣੇ ਉਹ ਵੱਡਾ ਕੈਂਪ ਉਹਨਾਂ ਨੂੰ ਪੁੱਛਦੇ ਜਾ ਕੇ ਵੈਸੇ ਇੱਥੇ ਸਮਾਨ ਤਾਂ ਬੜਾ ਪਿਆ ਕਿਸੇ ਨੂੰ ਪੁੱਛ ਲੈਂਦੇ ਹਾਂ ਕੀ ਕੈਂਪ ਕੱਪ ਚਾਹੀਦੇ ਯੁਵਰਾਜ ਯਾਰ ਕੱਪ ਲੱਭ ਰਹੇ ਹਾਂ ਅਤੇ ਕੱਪ ਤਾਂ ਕਿਤੋਂ ਵੀ ਨਹੀਂ ਮਿਲ ਰਹੇ ਹੁਣ ਕੀ ਕਰੀਏ ਪਹਿਲਾਂ ਮੈਂ ਪੁੱਛਣ ਗਿਆ ਸੀ ਹੁਣ ਤੁਸੀਂ ਪੁੱਛ ਕੇ ਆਉਂਗੇ ਅਗਲੇ ਨਹੀਂ ਇੱਕ ਟੈਂਟ ਤੋਂ ਮੇਰੀ ਵਾਰੀ ਇੱਕ ਦੂਜੇ ਟੈਂਟ ਤੋਂ ਤੁਹਾਡੀ ਵਾਰੀ ਹੁਣ ਤੁਹਾਡੀ ਵਾਰੀ ਜਾ ਕੇ ਪੁੱਛ ਕੇ ਆਓ ਜਾਓ ਹਾਂ ਤੁਸੀਂ ਸਿਰਫ ਇੰਨਾ ਪੁੱਛਣਾ ਕਿ ਕੈਨ ਆਈ ਬੋਰੋ ਯੋਰ ਡਿਸਪੋਜ਼ੇਬਲ ਕੱਪ ਡੂ ਯੂ ਹੈਵ ਐਨ ਐਕਸਟਰਾ ਕਮ ਔਨ ਯੂ ਕੈਨ ਡੂ ਇਟ ਯੂ ਜਸਟ ਗੋ ਐਂਡ ਆਸਕ ਦੈਮ ਵੀ ਨੀਡ ਅ ਲਿਟਲ ਫੇਵਰ ਫਰੋਮ ਯੂ ਓਕੇ ਕੱਪ ਵਾਲਾ ਮਸਲਾ ਸੋਲਵ ਨਹੀਂ ਹੋਇਆ ਇੱਧਰ ਖੁਸ਼ਬੂ ਆ ਰਹੀਆਂ ਬੜੀਆਂ ਤਕੜੀਆਂ ਤਕੜੀਆਂ ਪੋਹਾ ਘਰੋਂ ਬਣਾ ਕੇ ਲਿਆਂਦਾ ਪਰੌਂਠੇ ਚਿਕਨ ਰੋਲ ਪੈਰੀ ਪੈਰੀ ਸੌਸ ਬਸ ਕੱਪ ਤੇ ਚਾਕੂ ਨਹੀਂ ਖਾਣ ਦੇ ਅਸੀਂ ਉੱਦਾਂ ਹੀ ਪੀ ਲਾਂਗੇ ਕਿੱਦਾਂ ਪੂਰੇ ਮਲਾਈ ਸੌਸੇਜ ਆ ਮਲਾਈ ਚਿਕਨ ਸੌਸੇਜ
ਨਾਲ ਪੋਹਾ ਆ ਕਾਫੀ ਪਈ ਹੈ। ਆਹ ਦੇਖੋ ਤੁਸੀਂ ਜਵਾਕ ਨੂੰ ਕਿਵੇਂ ਡੇਢ ਅੰਡੇ ਹੋ। ਕਾਫੀ ਅਸੀਂ ਇਹਦੇ 'ਚ ਬਣਾਈ ਆ, ਸਾਡੇ ਕੋਲ ਕੱਪ ਨਹੀਂ ਸੀ ਹੈਗੇ, ਕੱਪ ਮਿਲੇ ਹੀ ਨਹੀਂ। ਖਾਣ ਪੀਣ ਹੋ ਗਿਆ, ਪੇਟ ਪੂਜਾ ਹੋ ਗਈ, ਕਾਫੀ ਵੀ ਹੋ ਗਈ, ਕੱਪ ਨਹੀਂ ਲੱਭਿਆ ਸਾਨੂੰ, ਡੁਪਲੀਕੇਟ ਕੱਪ ਬਣਾ ਕੇ ਇੱਧਰ ਜਾਣਾ, ਇੱਧਰ ਇੱਧਰ ਆ ਪੁਸ਼ਪੋਗ ਇਹ ਥੱਲੋ ਜਾਂਦੀ ਹੈ। ਹੁਣ ਅਸੀਂ ਚੱਲੇ ਹਾਂ ਜੰਗਲ ਦੀ ਵਾਕ ਕਰਨ। ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਸੱਪ ਬੜੇ ਜ਼ਹਿਰੀਲੇ ਹੁੰਦੇ ਆ, ਅਤੇ ਅੰਦਰ ਲਿਖਿਆ ਵੀ ਹੁੰਦਾ ਕਿ ਥਾਂ ਥਾਂ 'ਤੇ ਬੋਰਡ ਲੱਗੇ ਹੁੰਦੇ ਆ ਕਿ ਪੋਇਜ਼ਨਸ ਸਨੇਕਸ, ਤੋ ਰਿਸਕ ਹੁੰਦਾ। ਓਕੇ ਚਲੋ ਕਰੋ ਵਾਕ, ਲਿਆਓ ਤੁਹਾਨੂੰ ਕਰਾਈਏ। ਪਾਣੀ ਨਾ ਐਕਚੁਲੀ ਬਹੁਤ ਜ਼ਿਆਦਾ ਠੰਡਾ ਅਤੇ ਕਲੀਅਰ ਬਹੁਤ ਹੈਗਾ, ਦੇਖੋ ਸਾਫ਼ ਹੈ ਪੂਰਾ, ਥੱਲੋਂ ਪੱਥਰ ਵੀ ਦੇਖ ਰਹੇ ਆ। ਬੜਾ ਜੇ ਜੰਗਲੀ ਇਲਾਕਾ, ਜੇ ਜੰਗਲੀ ਪੂਰਾ ਖਤਰਨਾਕ, ਇੱਥੇ ਉਹ ਬੋਰਡ ਲੱਗਾ ਦੇਖੋ 1080 ਪੋਇਜ਼ਨ ਰਿਸਕ, ਡਰਾਈਡ ਮੀਟ ਔਰ ਸੋਸੇਜ ਬੇਟ ਕੰਟੇਨਿੰਗ 1080 ਪੋਇਜ਼ਨ ਆਰ ਲੇਡ ਇਨ ਦਿਸ ਏਰੀਆ ਟੂ ਕੰਟਰੋਲ ਫੋਕਸਿਸ ਐਂਡ ਫੀਰਲ ਕੈਟਸ। ਓਕੇ ਆਹ ਮੁੰਡੇ ਨੇ ਨਾ ਪੱਥਰ ਪਸੰਦ ਆਇਆ ਇਹਨੂੰ, ਇੱਕ ਤਾਂ ਪੱਥਰ ਪਾ ਲਿਆ ਇਹਨੇ ਜੇਬ 'ਚ, ਘੱਟੋ ਘੱਟ 2 ਕਿਲੋ ਦਾ ਪੱਥਰ ਆਓ, 2-2.5 ਕਿਲੋ ਦਾ, ਹੁਣ ਤੁਰਿਆ ਨਹੀਂ ਜਾਂਦਾ ਕਹਿੰਦਾ ਥੱਕ ਗਿਆ ਵਾਂ। ਨਹੀਂ ਨਹੀਂ ਪੱਥਰ ਗੱਡੀ 'ਚ ਨਹੀਂ ਆ ਪੱਥਰ, ਕੀ ਹੋਇਆ ਦੁਬਾਰਾ ਉਦਾਂ ਦੀ ਬੋਰਡ ਦੇਖੀ ਕਿਹੜੀ? ਅੱਛਾ ਡਰਾਤਾ ਹੀ ਮੁੰਡੇ ਨੇ ਇਹਨੂੰ, ਜਦੋਂ ਚਿੜੀ ਵੇਖੀ ਜਾਂਦੀ ਹੈ ਕਹਿੰਦਾ ਕਿ ਰੇਅਰੈਸਟ ਜਿਹੜਾ ਬਰਡਸ ਔਨ ਦਿਸ ਪਲੈਨਟ, ਰੇਅਰ ਆਫ ਦਾ ਰੇਅਰੈਸਟ, ਰੇਅਰੈਸਟ ਉਹਦਾ ਰੇਅਰ ਉਹ। ਆ ਜਾਓ ਤੁਰਿਆਓ ਤੁਰਿਆਓ, ਹੁਣ ਆਪਾਂ ਜੋ ਖਾਧਾ ਪੀਤਾ ਨਾ ਉਹ ਸਾਰਾ ਪਹੁੰਚਾਉਣਾ ਹੁਣ ਵਾਕ ਕਰਕੇ, ਆਹ ਬ੍ਰਿਜ ਕਰੋਸ ਕਰਕੇ। ਸਾਡਾ ਈਵਨਿੰਗ ਹੋ ਗਈ, ਇੱਥੇ ਕੈਂਪਿੰਗ ਦਾ ਟਾਈਮ ਹੋ ਚੱਲਿਆ ਖਤਮ, ਨਹੀਂ ਕੈਂਪਿੰਗ ਦਾ ਟਾਈਮ ਐਕਚੁਲੀ ਹੁਣ ਸ਼ੁਰੂ ਹੋਇਆ ਕਿਉਂਕਿ ਕਈ ਲੋਕ ਇੱਥੇ ਰਾਤ ਰੁਕਣ ਆਉਂਦੇ ਆ, ਪਰ ਸਾਡਾ ਜੋ ਸੀਗਾ ਉਹ ਸਮਾਂ ਇਸ ਟਾਈਮ ਆਲਮੋਸਟ ਪੂਰਾ ਹੁੰਦਾ ਹੋਇਆ। ਯੁਵਰਾਜ ਵੀ ਥੱਕ ਗਏ ਨੇ, ਯੁਵਰਾਜ ਤੁਸੀਂ ਕੁਛ ਬੋਲਣਾ ਚਾਹੋਗੇ, ਕਿੱਦਾਂ ਲੱਗਿਆ ਤੁਹਾਨੂੰ ਇੱਥੇ ਆ ਕੇ? ਬੜਾ ਵਧੀਆ, ਪਰ ਸਾਡਾ ਨੈਵੀਗੇਟਰ ਹਨੀਮੂਨ ਨੂੰ ਹੋਰ ਕੁਛ ਹੀ ਕਹਿੰਦਾ ਸੀ। ਹਨੀਮੂਨ ਕੀ ਕਹਿੰਦਾ? ਹਨੀਮੂਨ ਕਾਫੀ ਪੀਣੀ ਚਾਹੋਗੇ? ਕਾਫੀ ਪੀਂਦੇ ਹੋ? ਆ ਪੱਥਰ ਜਿਹੜਾ ਤੁਸੀਂ ਚੱਕਿਆ ਇਥੋਂ, ਪੱਥਰ ਕਿਉਂ ਤੁਸੀਂ ਲੈ ਕੇ ਚੱਲੇ ਹੋ? ਕਿਉਂਕਿ ਉਹ ਸੀ ਥਰੂ ਰੌਕ ਆ, ਸੀ ਥਰੂ ਰੌਕ, ਸੀ ਥਰੂ ਰੌਕ। ਹਨੀਮੂਨ ਪੂਲ ਦਾ ਜਿਹੜਾ ਸਾਡਾ ਸੀਗਾ ਵਾਕ ਉਹ ਹੋ ਗਈ ਖਤਮ, ਹੁਣ ਜਾਵਾਂਗੇ ਘਰੇ, ਵੈਸੇ ਵੀ ਲੇਟ ਹੋ ਗਏ ਆ। ਪਲਾਨ ਕੀਤਾ ਕਿ ਕਿਸੇ ਦਿਨ ਆਵਾਂਗੇ, ਪੂਰਾ ਸਮਾਨ ਲੈ ਕੇ, ਟੈਂਟ ਲੈ ਕੇ, ਕੈਂਪ ਲਾ ਕੇ, ਅਗਰ ਹੋਇਆ ਪੋਸੀਬਲ ਤਾਂ ਓਵਰਨਾਈਟ ਕੈਂਪਿੰਗ ਕਰਾਂਗੇ। ਇੱਥੇ ਕਰਦੇ ਹਾਂ ਅੱਜ ਦਾ ਵੀਡੀਓ ਖਤਮ।